सत श्री अकाल जी, मैं अमरिंदर सिंह ते तुसी देख रहे हो पेंडू टीवी। महारैली रामलीला मैदान दे विच दिल्ली दे विच हो रही है, जो इंडिया अलायंस वालों की जा रही है, जो 32 पार्टियां दा एक अलायंस बनया है, 32 पार्टियां नूं शामिल करके जो बीजेपी विरुद्ध इस 2020 दीआं चोणां दे विच टक्कर देण नूं तैयार है। तो केजरीवाल नूं ईडी वालों रेड पैंदी है ते उहनूं गिरफ्तार किया जांदा है शराब घोटाले दे विच, ते उहदे हक दे विच रैली की जा रही है भी उन्होंने क्यों गिरफ्तार किया है, जो केस पाया ईडी ने केजरीवाल उत्ते सरासर झूठा केस है। तो वो हक के लोग देख सकते हो, लोग पूरे इंडिया विचों पहुँच रहे हैं, पंजाब विचों, राजस्थान विचों, गुजरात विचों, उत्तराखंड विचों, उत्तराखंड विचों, तो केजरीवाल जिंदाबाद नारे ला रहे हैं। तुम देख सकते हो लाल झंडे CPI दे झंडे जिहड़े लेके आ, CPI पार्टी है। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦੇਖਦੇ ਹੋ ਜੀ ਜਿਹੜੀ ਈਡੀ ਦੀ ਰੇਡ ਪਈ ਹੈ, ਕਈ ਵਾਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸ਼ਰਾਬ ਘੁਟਾਲੇ ਦੇ ਵਿੱਚ, ਸਹੀ ਮੰਨਦੇ ਹੋ ਇਹਨੂੰ? ਦੇਖੋ, ਇਹ ਸਰਾਸਰ ਸਾਰੀ ਦੁਨੀਆ ਨੂੰ ਪਤਾ ਵੀ ਇਹ ਕਿਉਂ ਕੀਤਾ ਗਿਆ। ਲੋਕਤੰਤਰ ਦਾ ਘਾਣ ਆ, ਡੈਮੋਕ੍ਰੇਸੀ ਦਾ ਘਾਣ ਆ। ਅੱਜ ਅਸੀਂ ਕੱਲ੍ਹ ਦੇ ਦਿੱਲੀ ਆਏ ਹੋਏ ਹਾਂ ਬਾਈ, ਉਹ ਜਿਹੜੇ ਸਾਨੂੰ ਕੋਈ ਆਟੋ ਰਿਕਸ਼ੇ ਵਾਲਾ ਮਿਲਿਆ, ਕੋਈ ਕਿਸੇ ਵੀ ਤਰ੍ਹਾਂ ਦਾ ਸਾਨੂੰ ਬੰਦਾ ਮਿਲਿਆ, ਸਾਰੇ ਜਾਣੇ ਇਸ ਗੱਲ ਦੀ ਨਿੰਦਾ ਕਰ ਰਹੇ ਨੇ। ਅਤੇ ਅੱਜ ਹੁਣ ਵੀ ਅਸੀਂ ਬੈਠੇ ਬੈਠੇ ਗੱਲ ਹੁੰਦੇ ਸੀਗੇ, ਉਹ ਬੰਦੇ ਗੱਲਾਂ ਕਰੀ ਜਾਂਦੇ ਸੀ, ਕਹਿੰਦੇ ਯਾਰ ਇਸ ਵਾਰ ਦੁਬਾਰਾ ਇਹਨੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੋਕ ਸਭਾ ਦੇ ਵਿੱਚ ਸਾਰੇ ਬੰਦੇ ਜਿਹਦਾ ਕੇ ਸਰਕਾਰ ਜਿਹੜੇ MP ਜਾਣੇ ਨੇ। ਇੱਕ ਆਮ ਬੰਦੇ ਇਹ ਗੱਲ ਕਹਿ ਰਹੇ ਨੇ ਦਿੱਲੀ ਦੇ, ਜੇ ਸਭ ਇਹਦਾ ਕਹਿਣ ਦਾ ਭਾਵ ਮੇਰਾ ਹੈ ਵੀ ਗਰਾਊਂਡ ਲੈਵਲ 'ਤੇ ਵੀ ਜਿੰਨੇ ਲੋਕ ਨੇ ਉਹਨਾਂ ਨੂੰ ਸਭ ਨੂੰ ਪਤਾ ਵੀ ਇਹ ਜੋ ਹੋ ਰਿਹਾ ਗਲਤ ਹੋ ਰਿਹਾ। ਅਸੀਂ ਮਿਲਿਆ ਕਈਆਂ ਨੂੰ, ਸਾਰੇ ਕਹਿ ਰਹੇ ਨੇ ਵੀ ਕੇਜਰੀਵਾਲ ਨੂੰ ਗਲਤ ਕੀਤਾ, ਗਲਤ ਫੜਿਆ ਵੀ ਸਹੀ ਆ, ਉਹ ਇਮਾਨਦਾਰ ਬੰਦਾ। ਹਾਂ, ਹੁਣ ਤੁਸੀਂ ਦੇਖੋ ਫਿਰ ਸਾਡੇ ਤਾਂ ਕਹਿਣ ਨੂੰ ਕੋਈ ਬਚਿਆ ਹੀ ਨਹੀਂ ਨਾ ਹੈ। ਤੁਸੀਂ ਆਪ ਰਿਪੋਰਟਿੰਗ ਕਰ ਰਹੇ ਹੋ, ਤੁਸੀਂ ਗਰਾਊਂਡ ਲੈਵਲ 'ਤੇ ਕਰ ਰਹੇ ਹੋ, ਤੁਹਾਨੂੰ ਲੋਕਾਂ ਨੂੰ ਤੁਸੀਂ ਮਿਲ ਰਹੇ ਹੋ ਲੋਕ ਨਹੀਂ। ਜੇ ਕੋਈ ਚੀਜ਼ ਹੋਵੇ ਤਾਂ ਲੋਕ ਕਹਿਣ ਵੀ ਨਹੀਂ ਭਾਈ ਗਲਤ ਸੀਗਾ, ਵਧੀਆ ਹੋਇਆ ਅੰਦਰ ਦੇ ਤਾਂ। ਇਹ ਡਰ ਪੈ ਗਿਆ ਜੀ ਇਹਦਾ, ਹੋਰ ਕੁਛ ਨਹੀਂ। ਇਹਨੂੰ ਜਿਹੜੀ BJP ਸਰਕਾਰ ਆ ਡਰੀ ਹੋਈ ਆ, ਬਫਲਾਹਟ ਦੇ ਵਿੱਚ ਉਹ ਕਿਸੇ ਦੇ ਸਟੈਪ ਚੱਕ ਰਹੀ ਆ। ਇਹ ਸੋਚਦੇ ਨੇ ਵੀ ਸਾਨੂੰ ਦਬਾ ਲਾਂਗੇ, ਪਰ ਦੇਖੋ ਜਿਹੜੀ ਆਮ ਆਦਮੀ ਪਾਰਟੀ ਇੱਕ ਸੰਘਰਸ਼ੀ ਪਾਰਟੀ ਆ, ਸੰਘਰਸ਼ ਉੱਠੀ ਹੋਈ ਪਾਰਟੀ ਆ, ਐਂ ਡਰਨ ਵਾਲੇ ਨਹੀਂ ਹੈਗੇ। ਅਸੀਂ ਜੇ ਸੋਚਦੇ ਵੀ ਐਂ ਡਰਾ ਲਾਂਗੇ, ਐਂ ਡਰਨ ਵਾਲੇ ਆ, ਦੇਖੋ ਸਾਰਾ ਪੰਜਾਬ ਤੁਰਿਆ ਫਿਰਦਾ ਜੀ। ਦਿੱਲੀ ਕਿੱਥੋਂ, ਕਿਹੜੀ ਕਿਹੜੀ ਸਟੇਟ ਤੋਂ ਇੱਥੇ ਲੋਕ ਪਹੁੰਚ ਰਹੇ ਨੇ ਹੱਕ ਦੇ ਵਿੱਚ? ਕੀ ਲੱਗਦਾ ਪੰਜਾਬ 'ਚੋਂ ਕਿੰਨੇ ਕੁ ਲੋਕ ਪਹੁੰਚ ਰਹੇ ਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ? ਕੈਮਰਾ ਘੁਮਾਓ ਜੀ, ਦੇਖੋ ਇੱਧਰ, ਦੇਖੋ ਤੁਹਾਨੂੰ ਐਂ ਲੱਗੂ ਵੀ ਪੰਜਾਬ ਆ ਇੱਥੇ ਤੁਰਿਆ ਫਿਰਦਾ। ਦਿੱਲੀ ਦਾ ਲਾ ਦੇਖੋ ਸਾਰੇ, ਤੁਹਾਨੂੰ ਐਂ ਪੰਜਾਬ 'ਚ ਤੁਰਿਆ ਫਿਰਦਾ ਸਾਰਾ। ਵੀ ਸਾਰੇ ਹੱਥਾਂ 'ਚ ਲਈ ਫਿਰਦੇ ਨੇ ਜਿਹੜੇ ਕੇਜਰੀਵਾਲ ਜੇਲ੍ਹ ਦੇ ਵਿੱਚ, ਜੇਲ੍ਹ ਦੇ ਵਿੱਚ ਦਿਖਾਇਆ ਗਿਆ, ਤੁਸੀਂ ਦੇਖ ਸਕਦੇ ਹੋ ਜੇਲ੍ਹ ਦੇ ਵਿੱਚ ਕੇਜਰੀਵਾਲ ਨੂੰ, ਇਹ ਪੋਸਟਰ ਵੀ ਸਾਰੇ ਦੇ ਹੱਥਾਂ ਦੇ ਵਿੱਚ ਹੈ। ਤੇ ਕੀ ਮੰਨਦੇ ਹੋ ਵੀ ਜਿਹੜੀ ਈਡੀ ਦੀ ਰੇਡ ਪਈ ਆ, ਈਡੀ ਤੁਸੀਂ ਗਲਤ ਮੰਨਦੇ ਹੋ? ਪਰ ਬਿਲਕੁਲ ਸਰਾਸਰ ਈਡੀ ਗਲਤ ਆ, ਕਿਸੇ ਤਰ੍ਹਾਂ ਦਾ ਕੋਈ ਸਬੂਤ ਨਹੀਂ। ਕੋਈ ਸਬੂਤ ਤਾਂ ਪੇਸ਼ ਕਰਨਾ, ਇੰਨੇ ਦਿਨ ਹੋ ਗਏ, ਅੱਜ ਇੱਕ ਵੀ ਸਬੂਤ ਨਹੀਂ ਹੈ ਪੇਸ਼ ਕਰਨ ਵਾਸਤੇ। ਇਹ ਤਾਂ ਸਿਰਫ ਇੱਕ ਬਿਨਾਂ ਗੱਲੋਂ ਜਾਣ ਕੇ ਇਲੈਕਸ਼ਨਾਂ ਦਾ ਸਮਾਂ ਵੀ ਇਹ ਸੋਚਦੇ ਨੇ ਵੀ ਬਾਨੀ ਕੇਜਰੀਵਾਲ ਇਕੱਲਾ ਕੇਜਰੀਵਾਲ ਅੰਦਰ, ਇੱਕ ਇਕੱਲਾ ਕੇਜਰੀਵਾਲ ਹੀ ਆ, ਸਾਰੇ ਕੇਜਰੀਵਾਲ ਹੀ ਨੇ, ਅਸੀਂ ਵੀ ਕੇਜਰੀਵਾਲ ਹੀ ਹਾਂ। ਉਹਦੇ ਅੰਦਰ ਬਿਠਾਉਣ ਵਾਲੇ ਜੇ ਸੋਚੇ ਵੀ ਜੋ ਜਿਹੜੀਆਂ ਉਹਦੀ ਮੱਛਾ ਉਹ ਨਹੀਂ ਕਸਾਉਣਾ ਹੈ। ਲੱਗਦਾ ਵੀ ਹੁਣ ਜਿਹੜਾ ਉਹਨੇ ਪੈਰ ਤੇ ਕਹਾੜਾ ਆਪ ਮਾਰਿਆ, ਵੀ ਹੋਰ ਲਹਿਰ ਬਣੂਗੀ ਕੇਜਰੀਵਾਲ ਦੀ, ਵੱਡੀ ਲਹਿਰ। ਇਹ ਦੇਖੋ ਪੂਰੇ ਇਹ ਇਕੱਲੇ ਪੰਜਾਬ 'ਚੋਂ, ਇਕੱਲੇ ਦਿੱਲੀ 'ਚੋਂ, ਇਹ ਪੂਰੇ ਭਾਰਤ ਦੇ ਵਿੱਚੋਂ ਲਹਿਰ ਉੱਠ ਰਹੀ ਆ, ਤੇ ਇਹਦੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਨਾਲ ਜੋੜਨਾ। ਤੇ ਇੱਥੋਂ ਤੱਕ ਜਿਹੜੇ ਹੋਰ ਕਿਸੇ ਪਾਰਟੀਆਂ ਨਾਲ ਵੀ ਸੰਬੰਧਿਤ ਜਿਹੜੇ ਨੇ ਨਾ, ਉਹ ਵੀ ਇਸ ਚੀਜ਼ ਦੀ ਜਿਹੜੀ ਹੈਗੀ ਆ ਉਹ ਨਿਖੇਧੀ ਕਰ ਰਹੇ ਨੇ ਵੀ ਬਹੁਤ ਮਾੜਾ ਕਰ ਰਿਹਾ ਮੋਦੀ। ਦੇਖੋ ਇਸੇ ਤਰ੍ਹਾਂ ਜੇ ਹਾਲਾਤ ਜਿਹੜੇ ਬਣੇ ਹੋਏ ਤਾਂ ਗਾਂਹ ਨੂੰ ਇਹਨੇ, ਮੈਂ ਕਹਿੰਦਾ ਵੀ ਕੋਈ ਇਲੈਕਸ਼ਨ ਹੋਣੀ ਨਹੀਂ ਦੇਣੀ। ਇਹਦੀ ਚੀਜ਼ ਤੁਸੀਂ ਵੀ ਸਮਝਦੇ ਹੋ, ਪੱਤਰਕਾਰ ਹੋ ਤੁਸੀਂ, ਅੱਜ ਤੱਕ ਤੁਸੀਂ ਸੁਣਿਆ ਵੀ ਐਡਾ ਜ਼ਿਆਦਾ ਇੰਨਾ ਧੱਕਾ ਕੀਤਾ ਹੋਵੇ, ਇੰਨਾ ਤਾਨਾ ਚਾਰ ਰੁਪਈਆ ਜਿਹੜਾ ਮੁਗਲਾਂ ਦੇ ਟਾਈਮ ਤੋਂ ਜਿਹੜੇ ਆਪਣੇ ਆਮ ਲੀਡਰ ਨੇ, ਆਮ ਆਗੂ ਨੇ, ਆਮ ਜਿਹੜੇ ਮੰਤਰੀ ਨੇ, ਉਹ ਲਗਾਤਾਰ BJP ਵੱਲ ਜਾ ਰਹੇ। ਜਲੰਧਰ ਵਿੱਚ ਕੁਮਾਰੀ ਝੂਲ ਦੇਖ ਲਓ, ਉਹ BJP ਵੱਲ ਚਲਿਆ ਗਿਆ। ਅੰਗੁਰਾਲ ਦੇਖ ਲਓ, ਉਹ BJP ਵੱਲ ਜਾ ਰਿਹਾ। ਕਿਉਂ ਜਾ ਰਹੇ ਨੇ ਫਿਰ? ਸੁਣੋ ਮੇਰੀ ਬੇਨਤੀ, ਤੁਸੀਂ ਅੱਜ ਦੀ ਇਲੈਕਸ਼ਨ ਨਹੀਂ, ਪਿੱਛੇ ਜਦੋਂ ਤੋਂ ਇਲੈਕਸ਼ਨਾਂ ਹੋਣ ਲੱਗੀਆਂ, ਕੋਈ ਝਾਤੀ ਮਾਰੇ, ਜਦੋਂ ਇਲੈਕਸ਼ਨ ਆਉਂਦੀ ਆ ਨਾ, ਇਹ ਦੇਖੋ ਮਾੜਾ ਮੋਟਾ ਫੇਰ ਬਦਲ ਇੱਧਰ ਉੱਧਰ ਮਾੜੇ ਮੋਟੇ ਜਿਹੜੇ ਲੋਕ ਹੁੰਦੇ ਨੇ, ਨਾਲੇ ਵਧੀਆ ਪਤਾ ਲੱਗ ਜਾਂਦਾ। ਦੇਖੋ ਜਿਤਾਇਆ MP ਬਣਾਇਆ ਉੱਥੋਂ ਆਮ ਆਦਮੀ ਪਾਰਟੀ ਨੇ, ਜਿਮਨੀ ਚੋਣ 'ਤੇ ਜਿਤਾਇਆ, ਠੀਕ ਹੈ। ਨਾ ਸ਼ੁਕਰੇ ਲੋਕ ਨੇ ਇਹ ਜਿਹੜੇ ਹੁੰਦੇ ਨੇ, ਇਹੋ ਜਿਹੇ ਨਾ ਸ਼ੁਕਰੇ ਲੋਕ ਹੁੰਦੇ ਨੇ ਜਿਹੜੇ ਜਿਹਨਾਂ ਦਾ ਕੰਮ ਹੀ ਇਹੀ ਆ। ਹੁਣ ਉੱਥੋਂ ਮੰਨ ਲਓ ਤੁਹਾਨੂੰ ਮੈਂ ਅੱਜ ਲਿਖ ਕੇ ਦੇ ਦਿੰਦਾ, ਜੇ ਦੋਨੇ ਬੰਦੇ ਜੇ ਜਿੱਤ ਗਏ ਇਹ, ਤਾਂ ਮੈਂ ਕਹਿੰਦਾ ਤੁਸੀਂ ਮੈਨੂੰ ਭੁੰਜੇ ਸਾਹ ਬਿਠਾ ਦਿਓ। ਲਓ ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ। ਪਹਿਲਾਂ ਅਕਾਲੀ ਦਲ ਵੱਲ ਸੀਗੇ, ਕੰਮ ਦੇਖਿਆ ਅਕਾਲੀ ਦਲ ਦਾ, ਅਤੇ ਹੁਣ ਆਮ ਆਦਮੀ ਦਾ ਕੰਮ ਵੀ ਦੇਖ ਰਹੇ ਹੋ, ਕੀ ਫਰਕ ਲੱਗਦਾ? ਦੇਖੋ ਬਾਈ ਜੀ, ਇੱਥੇ ਬੰਦੇ ਨੂੰ ਇੱਜ਼ਤ ਮਿਲਦੀ ਆ। ਮੈਨੂੰ ਜੇ ਮੈਂ ਪਾਰਟੀ 'ਚ, ਮੈਂ ਮਿਹਨਤੀ ਸੀਗਾ, ਮੈਨੂੰ ਜ਼ਿਲ੍ਹਾ ਪ੍ਰਧਾਨ ਮੌਜੂਦਾ ਲਾਇਆ ਪਾਰਟੀ ਨੇ, ਲਾਈਵ ਸਟਾਕ ਡਿਵੈਲਪਮੈਂਟ ਬੋਰਡ ਦਾ ਮੈਨੂੰ ਮੈਂਬਰ ਲਾਇਆ, ਜਦੋਂ ਕਿ ਮੈਂ ਪਾਰਟੀ 'ਚ ਭਾਵੇਂ
और 3 साल ही हुए ने मैनू आए नूं, इत्थे आ के इज्जत मिली आ मैनू। उत्थे मैं इन्नी मेहनत की, तुसीं मैनू पुराने समय तो जानदे हो मैं किन्नी मेहनत की अकाली दल लई। उत्थे हैगा जिहड़े रजवाड़े लोग ने जिहड़े ਉਹ ਬਸ ਅੱਗੇ ਆ ਸਕਦੇ ਨੇ, ਜਿਹੜੇ ਕੋਈ ਸਾਡੇ ਵਰਗੇ ਆਮ ਘਰਾਂ ਦੇ ਨੇ ਉਹ ਇੱਥੇ ਜਿਹੜੀ ਪਾਰਟੀ ਅੱਜ ਤੁਸੀਂ ਇੱਥੇ ਦੇਖੋਗੇ ਇੱਕ ਰਿਕਸ਼ੇ ਵਾਲੇ ਨੂੰ ਲੋਕ ਸਭਾ ਦੀ ਟਿਕਟ ਮਿਲੀ ਆ, ਜਿਹੜੀ ਇੱਥੋਂ ਇੱਕ ਦਿੱਲੀ ਦਾ ਰਿਕਸ਼ਾ ਚਲਾਉਂਦਾ ਸੀ ਉਹਨੂੰ ਟਿਕਟ ਦਿੱਤੀ ਹੈ ਪਾਰਟੀ ਨੇ। ਮਿਹਨਤ ਦੀ ਕਦਰ ਹੈ ਇਸ ਪਾਰਟੀ 'ਚ। ਗਰੀਬ ਜਿਹੜੇ ਗਰੀਬ ਆਗੂ ਨੇ, ਗਰੀਬ ਜਿਹੜੇ ਮੰਤਰਾਂ ਟਿਕਟਾਂ ਮਿਲੀਆਂ ਵੀ ਨੇ, ਵੀ ਇਹ ਵੱਧ ਖਾਣਗੇ ਵੀ ਅਮੀਰ ਹੋਣ ਵਾਸਤੇ ਤਾਂ ਵੱਧ ਪੈਸਾ ਖਾਣਗੇ ਜਿਹੜੇ ਜੋ ਰੱਜੇ ਪਏ ਨੇ ਦੂਜੀਆਂ ਪਾਰਟੀਆਂ ਵਾਲੇ। ਤਾਂ ਸੁਣੋ ਇੱਥੋਂ ਦੇ ਨਾ ਤੁਸੀਂ ਇੱਕ ਵਾਰ ਐਮ ਐਲ ਏ ਨਾਲ ਇੱਕ ਵਾਰੀ ਮੀਟਿੰਗ ਕਰਕੇ ਆਇਓ, ਜਿਹੜੇ ਇੱਥੋਂ ਤੁਸੀਂ ਐਮ ਐਲ ਏ ਆਏ ਹੋ, ਜਾ ਕੇ ਫਿਰ ਚੈੱਕ ਕਰਿਓ ਵੀ ਉਹ ਕਿੰਨੇ ਕੁ ਅਮੀਰ ਹੋ ਗਏ। ਸਾਰੇ ਗਰੀਬ ਸੀਗੇ, ਉਹ ਚੈੱਕ ਕਰਿਓ ਵੀ ਕਿੰਨੇ ਕੁ ਅਮੀਰ ਹੋ ਗਏ, ਬਾਜ਼ਾਰ 'ਚ ਚੈੱਕ ਕਰ ਲਓ ਵੀ ਕਿੰਨੇ ਕੁ ਅਮੀਰ ਹੋ ਗਏ। ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਬਾਈ। ਦੇਖੋ ਜਿਹਨੇ ਇਮਾਨਦਾਰੀ ਨਾਲ ਕੰਮ ਕਰਨਾ ਉਹਨੇ ਇਮਾਨਦਾਰੀ ਨਾਲ ਹੀ ਕਰਨਾ, ਉਹਨੂੰ ਇਹਨਾਂ ਗੱਲਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਗੱਲਾਂ ਦਾ। ਕੇਜਰੀਵਾਲ ਜਿੱਤਣ ਤੋਂ ਪਹਿਲਾਂ ਇਹ ਗੱਲ ਵੀ ਕਰਦਾ ਸੀ ਕਿ ਮੈਂ ਜੈੱਟ ਸਕਿਉਰਟੀ ਨਹੀਂ ਰੱਖਣੀ ਤੇ ਹੁਣ ਜੈੱਟ ਸਕਿਉਰਟੀ ਰੱਖੀ। ਦੇਖੋ ਇਹ ਤਾਂ ਯਾਰ ਪ੍ਰੋਟੋਕੋਲ ਹੈ, ਪ੍ਰੋਟੋਕੋਲ ਆ। ਜੇ ਹੁਣ ਮੰਨ ਲਓ ਕੱਲ ਨੂੰ ਏਜੰਸੀਆਂ ਕਹਿੰਦੀਆਂ ਨੇ ਵੀ ਭਾਈ ਤੁਹਾਨੂੰ ਥ੍ਰੈਟ ਆ, ਕੱਲ ਨੂੰ ਕੋਈ ਗੱਲਬਾਤ ਹੋਊਗੀ ਕੌਣ ਜ਼ਿੰਮੇਵਾਰ ਦੱਸੋ, ਇਹ ਤਾਂ ਪ੍ਰੋਟੋਕੋਲ ਸਾਹਮਣੇ ਤਾਂ ਕਰਨਾ ਪੈਂਦਾ ਹੈ। ਇਹਦਾ ਹੁਣ ਦੇਖੋ ਕਿਹੜਾ ਮੰਤਰੀ ਅੱਜ ਦਾ ਹੈ ਕੋਈ, ਆਪਾਂ ਕਦੇ ਕਿਸੇ ਵੀ ਦੇਸ਼ ਦੇ ਪ੍ਰੋਟੋਕੋਲ ਦੇ ਮੁਤਾਬਕ ਚੱਲਣਾ ਪੈਂਦਾ, ਇਸ ਕਰਕੇ ਉਵੇਂ ਹੀ ਉਹ ਚੱਲ ਰਿਹਾ। ਨਾਲ ਸਵਾਲ ਪੁੱਛਣਾ ਚਾਹੁੰਦਾ ਵੀ ਇੱਕ ਨਾਲ ਮੰਤਰੀ ਰਹਿੰਦੇ ਸੀ ਹਮੇਸ਼ਾ ਇਹਨਾਂ ਦੇ, ਬਹੁਤ ਹੀ ਮਸ਼ਹੂਰ ਮੰਤਰੀ, ਬਾਕੀ ਮੰਤਰੀ ਹੱਥ ਦੇ ਵਿੱਚ ਆ ਰਹੇ ਨੇ, ਸੰਦੀਪ ਪਾਠਕ, ਪੀਵੀ ਸਿੰਘ ਹੈ ਨਾ, ਆਦਿਸ਼ ਸਿੰਘ ਜਿਹੜੀ ਮੰਤਰੀ ਇਹਨਾਂ ਦੀ, ਹੋਰ ਵੀ ਗੋਪਾਲ ਗੋਇਲ, ਇੱਕ ਨਜ਼ਰ ਨਹੀਂ ਆ ਰਹੇ ਮੰਤਰੀ, ਹਮੇਸ਼ਾ ਉਹਨਾਂ ਨਾਲ ਰਹਿੰਦੇ ਸੀਗੇ ਬਹੁਤ, ਜਿਵੇਂ ਸੱਚਾ ਮੋਟਾ ਕਹਿੰਦੇ ਸੀ ਉਹਨਾਂ ਨੂੰ, ਰਾਘਵ ਚੱਡਾ, ਉਹ ਕਿਉਂ ਨਹੀਂ ਦੇਖ ਰਹੇ, ਕੋਈ ਬਿਆਨ ਵੀ ਨਹੀਂ ਉਹਨਾਂ ਨੂੰ। ਉਹਦੇ ਆਪਣਾ ਰਾਘਵ ਚੱਡਾ ਜੀ ਦੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ, ਉਹ ਤਾਂ ਉਹ ਆਪਰੇਸ਼ਨ ਕਰਾਉਣ ਗਏ ਹੋਏ ਨੇ ਤੱਕ ਸਾਨੂੰ ਪਤਾ। ਅਤੇ ਬਾਕੀ ਜਿਹੜਾ ਹੈਗਾ ਦੇਖੋ, ਤੁਸੀਂ ਮੀਡੀਆ ਦੇ ਜਿਹੜੇ ਸਵਾਲ ਨੇ ਜਿਹੜੇ ਤੁਹਾਡੇ ਜਾਇਜ਼ ਵੀ ਹੁੰਦੇ ਨੇ, ਅਤੇ ਤੁਹਾਨੂੰ ਤੁਸੀਂ ਸਾਰਾ ਕੁਝ ਤੁਸੀਂ ਸਮਝਦੇ ਵੀ ਹੋ, ਅਤੇ ਰਾਜਨੀਤੀ ਆ, ਰਾਜਨੀਤੀ 'ਚ ਬਹੁਤ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ, ਚੱਲਦੀਆਂ ਰਹਿੰਦੀਆਂ। ਫਿਰ ਉਹ ਆਕ ਦੇ ਵਿੱਚ ਬਿਲਕੁਲ ਆਉਣਗੇ ਜੀ, ਕਿਉਂ ਨਹੀਂ ਆਉਣਗੇ। ਧੰਨਵਾਦ ਜੀ, ਗੱਲਬਾਤ ਕਰ ਰਹੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਬਾਰੇ ਜੀ? ਇਹ ਤਾਂ ਜੀ ਜਿਹੜਾ ਮਤਲਬ ਅੱਜ ਤੱਕ ਆਪਾਂ ਦੇਖਿਆ ਆਮ ਆਦਮੀ ਪਾਰਟੀ ਦੇ ਹੋਂਦ ਚੋਣ ਤੋਂ ਪਹਿਲਾਂ ਇੱਥੇ ਮੁੱਦੇ ਕੀ ਹੁੰਦੇ ਸੀਗੇ, ਇੱਕ ਦੂਜੀ ਪਾਰਟੀ ਦੇ ਉੱਪਰ ਚਿੱਕੜ ਸੁੱਟਣਾ, ਜਾਤ ਪਾਤ ਦੀ ਰਾਜਨੀਤੀ ਕਰਨੀ, ਧਰਮ ਦੀ ਰਾਜਨੀਤੀ ਕਰਨੀ। ਜੇ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਇਸੇ ਰਾਮਲੀਲਾ ਗਰਾਊਂਡ ਦੇ ਵਿੱਚੋਂ ਜਨਮ ਹੋਇਆ, 2011 ਦੇ ਵਿੱਚ ਅੰਨਾ ਹਜ਼ਾਰੇ ਦਾ ਅੰਦੋਲਨ ਸ਼ੁਰੂ ਹੋਇਆ, ਜਦੋਂ ਉਸ ਤੋਂ ਬਾਅਦ ਕੇਜਰੀਵਾਲ ਜੀ ਨੇ 3 ਦਿਨ ਦਾ ਅਨਸ਼ਨ ਰੱਖਿਆ, ਇੱਥੋਂ ਆਮ ਆਦਮੀ ਪਾਰਟੀ ਪੈਦਾ ਹੋਈ, ਤਾਂ ਆਮ ਆਦਮੀ ਪਾਰਟੀ ਕੀ ਲੈ ਕੇ ਆਈ? ਆਮ ਆਦਮੀ ਪਾਰਟੀ ਸ਼ਿਕਸ਼ਾ ਲੈ ਕੇ ਆਈ। ਆਮ ਆਦਮੀ ਪਾਰਟੀ ਨੇ ਸਿਹਤ ਦੀ ਗੱਲ ਕਰੀ, ਸਿਹਤ ਸੁਵਿਧਾਵਾਂ ਦੀ ਗੱਲ ਕਰੀ। ਇਹ ਲੋਕ ਚਾਹੁੰਦੇ ਨਹੀਂ ਵੀ ਚੰਗੀ ਸਿੱਖਿਆ ਮਿਲੇ, ਤਾਂ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ, ਸਾਡੇ ਬੱਚੇ ਚੰਗੇ ਪੜ੍ਹ ਲਿਖ ਕੇ ਚੰਗੇ ਅਫਸਰ ਬਣਨ, ਰੁਜ਼ਗਾਰ ਮਿਲੇ, ਇਹ ਉਹ ਕਰਨਾ ਇਹ ਲੋਕ ਚਾਹੁੰਦੇ ਨਹੀਂ। ਇਹ ਲੋਕ ਚਾਹੁੰਦੇ ਨੇ ਵੀ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਲੋਕਾਂ ਨੂੰ ਆਪਸ ਦੇ ਵਿੱਚ ਵੰਡ ਕੇ ਵੋਟਾਂ ਲਿਆ ਜਾਣਾ, ਲੋਕਾਂ ਨੂੰ ਦਿੱਤਾ ਕੁਛ ਨਾ ਜਾਵੇ, ਇਹ ਲੋਕਾਂ ਨੂੰ ਇਸੇ ਤਰ੍ਹਾਂ ਦਬਾ ਕੇ ਰੱਖਣਾ ਚਾਹੁੰਦੇ ਨੇ। ਇਸੇ ਕਾਰਨ ਕਰਕੇ ਇਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਹੈਗਾ। ਪਹਿਲਾਂ ਵੀ ਇਹਨਾਂ ਨੇ ਸੱਟ ਕਿੱਥੋਂ ਮਾਰੀ ਹੈਗੀ, ਇਹ ਮਨੀਸ਼ ਸਿਸੋਦੀਆ ਜੀ ਸਾਡੇ ਸਿੱਖਿਆ ਦੀ ਕ੍ਰਾਂਤੀ ਲੈ ਕੇ ਆਏ ਨੇਗੇ, ਤਾਂ ਉਹਨਾਂ ਨੂੰ ਇਹਨਾਂ ਨੇ ਅੰਦਰ ਕੀਤਾ। ਤਾਂ ਜੇ ਸਿਹਤ ਮੰਤਰੀ ਨੇਗੇ, ਉਹਨਾਂ ਨੂੰ ਇਹਨਾਂ ਨੇ ਸਤਿੰਦਰ ਜੈਨ ਜੀ ਨੂੰ ਅੰਦਰ ਕੀਤਾ। ਮਤਲਬ ਜੋ ਮੁੱਦੇ ਲੈ ਕੇ ਮੇਨ ਆਮ ਆਦਮੀ ਪਾਰਟੀ ਚੱਲੀ, ਇਹਨਾਂ ਨੇ ਉਹਨਾਂ ਨੂੰ ਇਹ ਮਤਲਬ ਅੰਦਰ ਕੀਤਾ। ਜਿਵੇਂ ਕਹਿੰਦੇ ਨੇ ਨਾ, ਕਹਿੰਦੇ ਵੀ ਕਿਸੇ ਝੂਠ ਨੂੰ ਵਾਰ ਵਾਰ ਬੋਲਣ ਨਾਲ ਕਈ ਵਾਰੀ ਆਪਾਂ ਸੱਚ ਮੰਨ ਲੈਂਦੇ ਹਾਂਗੇ, ਉਹੀ ਇਹਨਾਂ ਲੋਕਾਂ ਦਾ ਕੰਮ ਹੈ ਵੀ ਵਾਰ ਵਾਰ ਝੂਠ ਬੋਲੋ ਵੀ ਆਮ ਆਦਮੀ ਪਾਰਟੀ ਸਿੱਖਿਆ ਦੀ ਗੱਲ ਕਰਦੀ ਹੈ, ਸਿਹਤ ਦੀ ਗੱਲ ਕਰਦੀ ਹੈ, ਰੁਜ਼ਗਾਰ ਦੀ ਗੱਲ ਕਰਦੀ ਹੈ, ਗਰੀਬਾਂ ਦੀ ਗੱਲ ਕਰਦੀ ਹੈ, ਇਨਸਾਨ ਦੀ ਗੱਲ ਕਰਦੀ ਹੈ ਵੀ ਇਨਸਾਨ ਨੂੰ ਇਨਸਾਨ ਦੇ ਨਾਲ ਪ੍ਰੇਮ ਕਰਨਾ ਚਾਹੀਦਾ, ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ, ਪਾਰਟੀਆਂ ਨੂੰ ਲੋਕਾਂ ਦੇ ਵਾਸਤੇ ਕੋਈ ਚੰਗੇ ਜਿਹੜੇ ਕੰਮ ਨੇ ਉਹ ਕਰਨੇ ਚਾਹੀਦੇ ਨੇ। ਉਹ ਗੱਲਾਂ ਤੋਂ ਲਾਂਭੇ ਲਿਜਾਣ ਦੇ ਲਈ ਇਹਨਾਂ ਨੇ ਮਤਲਬ ਸਿੱਖਿਆ 'ਤੇ ਵੀ ਚੋਟ ਮਾਰੀ ਹੈ, ਸਿਹਤ 'ਤੇ ਵੀ ਚੋਟ ਮਾਰੀ ਹੈ। ਇਹੀ ਕਾਰਨ ਹੈ ਵੀ ਅੱਜ ਜਿਹੜਾ 2024 ਦਾ ਲੋਕ ਸਭਾ ਦਾ ਇਲੈਕਸ਼ਨ ਹੈ, ਇਹਨਾਂ ਨੇ ਦੇਖ ਲਿਆ ਵੀ ਕੇਜਰੀਵਾਲ ਸਾਹਿਬ ਦੀ ਜਿਹੜੀ ਚੜ੍ਹਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕੋ ਇੱਕ ਦੇਸ਼ ਦੇ ਲੀਡਰ ਨੇਗੇ ਜਿਹੜੇ ਮੋਦੀ ਨੂੰ ਟੱਕਰ ਦੇ ਸਕਦੇ ਨੇਗੇ, ਉਹਦੇ ਕਾਰਨ ਕਰਕੇ ਸਾਰਾ ਕੁਝ ਇਹ ਡਰਾਮਾ ਰਚ ਰਹੇ ਨੇਗੇ। ਪਰ ਲੱਗਦਾ ਵੀ ਬਿਨਾਂ ਗੱਲ ਤੋਂ ਇਹਨਾਂ ਬਿਨਾਂ ਸਬੂਤਾਂ ਤੋਂ ਹੀ ਅੰਦਰ ਕੀਤਾ ਗਿਆ। ਦੇਖੋ ਜੀ ਕਿਹਦੀ ਸਾਜ਼ਿਸ਼ ਲੱਗਦੀ? ਦੇਖੋ ਜੀ ਬਹੁਤ ਸਾਲ ਹੋ ਗਏ, ਤੁਸੀਂ ਮੀਡੀਆ ਵਾਲਿਆਂ ਨੂੰ ਤੁਹਾਨੂੰ ਸਾਰਾ ਪਤਾ ਹੈਗਾ, ਮਿਲਿਆ ਕੀ ਅੱਜ, ਰਿਕਵਰੀ ਕੀ ਹੋਈ ਹੈ, ਗੱਲ ਤਾਂ ਇਹ ਦੱਸੋ ਨਾ। ਹੁਣ ਜਿਹੜਾ ਬੰਦਾ ਕੇਜਰੀਵਾਲ ਸਾਹਿਬ ਤੇ ਉਂਗਲੀ ਉਠਾਉਂਦਾ ਹੈਗਾ, ਤੇ ਕੀ ਉਹ ਬੀਜੇਪੀ ਨੂੰ ਚੁਣਾਵੀ ਚੰਦਾ ਨਹੀਂ ਦੇ ਰਿਹਾ? ਕੀ ਸਮਝਾਂਗੇ ਉਹਨੂੰ ਅਸੀਂ? ਇਹ ਤਾਂ ਇੱਕ ਅਨਪੜ੍ਹ ਬੰਦਾ, ਇੱਕ ਆਮ ਬੰਦਾ ਵੀ ਸਮਝ ਸਕਦਾ ਹੈਗਾ, ਤੇ ਇਦੂ ਵੱਡੀ ਚਾਲ ਇਹਨਾਂ ਲੋਕਾਂ ਦੀ ਹੋਰ ਕੀ ਹੋ ਸਕਦੀ ਹੈ? ਇਹ ਲੋਕ ਪਰ ਇਹ ਜ਼ਿਆਦਾ ਸਮਾਂ ਦਬਾ ਨਹੀਂ ਸਕਦੇ। ਹੁਣ ਅੱਜ ਤੁਸੀਂ ਦੇਖ ਰਹੇ ਹੋ, ਇਹ ਤਾਂ ਮੈਂ ਕਹੂੰਗਾ ਵੀ ਇਕੱਲੇ ਪੰਜਾਬ ਤੋਂ ਨਹੀਂ, ਦਿੱਲੀ, ਹਰਿਆਣਾ, ਰਾਜਸਥਾਨ,
यूपी मध्य प्रदेश मतलब देश के कोने कोने तो लोग आ रहे हैं, क्यों आ रहे हैं? अपने आप आ रहे हैं। सच की आवाज में जोड़ा मोदी दबना चाहता है, सिर्फ सत्ता के नशे के बच्चे आके दबना चाहता है, वो सच की आवाज बनने के लिए अच कला कला इंसान आम आदमी बन के केजरीवाल बन के दिल्ली के रामलीला ग्राउंड के पहुंचे है। तो तुम आप देखोगे कि इस चोणों के जोड़ा मोदी का पत्ता लोगों ने साफ कर देना, उत्थे की तानाशाही नहीं चलती। मौजूद भी ने सत श्रीकाल जी, नमस्ते, कहाँ से आयो? मैं नागौर से आयो, राजस्थान से। हाँ, ज्योतिराम बिश्नोई विधानसभा क्षेत्र। क्यों सर, ये मोदी जी की शुरुआत से ये थी विपक्ष को खत्म करना, ये नोटबंदी ये विपक्ष को खत्म करने का एक प्रथम इनकी चाल थी। नोटबंदी अपनी सरकार होगी, मन मर्जी करेंगे और इनके जितने भी पैसे हैं सारों को मिट्टी में बदल दो, पहला प्रयास था इनको विपक्ष को खत्म करना और अपना गढ़ मजबूत करना। उसके बाद में हर प्रकार से इन्होंने ऐसा ऐसा काम किया जो अनलीगल गिना है तो शाम तक थक जाएंगे इनते। बाकी जो कोई है जिसको गलत किया है वो तो बीजेपी में चले गए, जिसने गलत नहीं किया वही तो मोदी से झगड़ा कर रहे हैं। बीजेपी में लगता है भी आप बीजेपी में करप्ट है? नहीं, करप्ट मंत्री नहीं है, करप्ट तो सिर्फ हम आर्मी पार्टी में। भ्रष्टाचार की जननी है, क्या करप्ट क्या होता है? ये बीजेपी तो भ्रष्टाचार की जननी है, मैं सबको नहीं कह रहा हूँ, ये जननी है। जितने भी भ्रष्ट अगर किसी विपक्ष में थे ना, सारों को अपने साथ मिला लिया, सीधा ईडी के कोई व्यक्ति भेजते हैं और जिस किसी को दबाना होता है उसको कहते हैं देख लो आप भी वहाँ कार्यालय में समन टाइप हो रहा है, तो उसकी पेंट डिली हो जाती है और वो क्या करना है, वो आ जाओ हमारे साथ। वही प्रयास इन्होंने केजरीवाल पे अपनाना था, लेकिन केजरीवाल तो ईमानदार है और ईमानदार से सब डरते हैं। तो ये एक तानाशाही है, हिटलरशाही है, जो देश को जितना ये खोखला करना चाह रहे हैं उतना खोखला हो जाएगा। पंजाब में दिल्ली में सरकार बनी तीन बार है ना आम आदमी पार्टी की, पर पंजाब में आई, अब लगता है भी और सूबों में भी ये सरकार बनेगी और राज्यों में लहर बनेगी? लहर क्यों नहीं बन रही फिर और राज्यों में? सीटें नहीं आती आम आदमी पार्टी की? नहीं आती है तो आम आदमी पार्टी ने अन्य राज्यों में अपनी तैयारी करके चुनाव में उतरे नहीं थे, और जिस राज्य के अंदर चुनाव में उतरने का था तो वहाँ की जनता ने सर आंखों पर बैठाया केजरीवाल को। बाकी ये फालतू की बातें हैं जी, आपके पास में एक पैसे का ही कोई सबूत नहीं है। जो कोई मूर्ति में एक जो ठग है सुके, उसका नाम ही ठग है, और वो कह रहा है कि केजरीवाल को मैंने इतने तो जेल में बैठा भाई कैसे दे दिया है? अगर केजरीवाल वहां से राज्यपाल जो था उसने कहा कि मोदी ने पुलवामा हमला कराया, तो इस हिसाब से उसको भी अरेस्ट करना चाहिए ना। कहाँ से हो? मैं उत्तराखंड से हूँ। उत्तराखंड में क्या माहौल है केजरीवाल बीजेपी का? बीजेपी का माहौल नहीं, इस बार वहाँ पे तीन निर्दलीय प्रत्याशी जीतेंगे, दो बीजेपी जीतेगी। इस बार जो चल रही हवा, पिछली बार पांचों जीत गई थी बीजेपी, लेकिन इस बार नहीं जीती। हरिद्वार से बीजेपी मोदी का जो बीजेपी का ज्यादा माहौल कहाँ से ज्यादा सीटें लेके जाता है? मध्य प्रदेश में भी है, वैसे यूपी में उनका मेन यूपी है, मध्य प्रदेश है, राजस्थान है, लेकिन इस बार घटेगी, एक भी चाहे घटे लेकिन घटेगी, वो वाला माहौल नहीं है। कहाँ तक जाएगा मोदी इस बार? 400 के पार जाएगा? और जब बहुमत से कम इनकी सीटें आएगी तो जो इनके वो घटक दल है वो दूर हो जाएंगे इनसे, फिर बहुमत मिलना इनको बहुत मुश्किल हो जाएगा। एक साथ पीछे लोग 200 से कम आ रही है, तभी तो ये कह रहे हैं 400 आ रही है, हमारी 400 आ रही है। झूठ है, हमेशा झूठ ज्यादा बकवास करता है। मुझे अगर झूठ ना बोलना होता ना तो मन मर्जी की मैं बकवास कर लेता। 400 ना, बंदे ने मैच करा, मैच में पैसे लगाए, खुद ही बॉलिंग कर रहा, खुद ही बैटिंग करेगा, किसी खिलाड़ी को तो छोड़ा अपने साथ कंपटीशन करने के लिए, मैच में पैसे लगा रखा जी, बॉलिंग भी मैं करूंगा बैटिंग भी मैं करूंगा, ऐसे तो नहीं चलेगा। अब तो इस बार ही होगा तूफान लग रही है, इस बार फिर इंडिया गठबंधन टक्कर है बिल्कुल। तूफानों से आंख मिलाओ, सैलाबों पे वार करो, बल्लाओं का चक्कर छोड़ो, तैर के दुनिया पार करो। खटारा साहब, हम राजस्थान नागौर, मैं आपके साथ। कैसा लग रहा राजस्थान में, क्या किसका ज्यादा माहौल आज से ज्यादा? चीटे हैं गठबंधन के आएगा, गठबंधन इंडिया, हाँ इंडिया गठबंधन आएगी। देखो सीटें जनता के पास में, ये हमारे पास में नहीं, वो ये वो हवा कैसी है, हवा वो बनाते हैं, हमें तो जनता सीटें देगी, जितनी जनता वोट देगी वो हमारे पल्ले आएगा, बाकी हमारे पास की तरह अगर हम झूठ बोलने लग जाए फिर हमारी वैल्यू क्या रहेगी? हम आम आदमी पार्टी के नहीं, हम झूठ बोलते नहीं, हम फूटते।
नागौर का एक बंदा है हनुमान बेनीवाल हनुमान सांसद है और अभी MLA में भी जीता। वो नाथपुराम की पोती थी, नाथपुराम मिर्जा थे, उनकी पोती थी ज्योति मिर्जा, उनके सामने वो लड़ी थी। एक बार उसने सांसद में हराया है हनुमान बेनीवाल ने ज्योति मिर्जा को, और इस बार इसमें आपके MLA के इलेक्शन में भी मोदी ने हनुमान बेनीवाल ने हराया। और नागौर से सांसद वही बनेगा, हनुमान बेनीवाल सांसद बनकर रहेगा, ये जनता ने पूरा ठान रखा है। और नागौर इतना बड़ा तगड़ा है कि वो जो अच्छा आदमी होता है, जो काम करने वाला, जो जनता की सुनवाई करने वाला होता है, उसके साथ में वो रहती है। और हनुमान बेनीवाल ऐसा शेर पट्टा है जो मोदी से 3-4 बार जाके मिल के या गडकरी से जाकर के दिल्ली के अंदर सड़कों को हमारे वहाँ जाल बिछा दिया, बहुत अच्छा काम करता है। और उसने इतने काम किए, हर तहसील में काम किया उसने हनुमान बेनीवाल। ये है, बहुत दूर दूर से लोग पहुँच रहे हैं, पंजाब से नहीं, उत्तराखंड, राजस्थान, यूपी, बिहार, अब बिहार से भाई पहुंचे, पूरे बिहार के जितने भी हैं, ज्यादा से ज्यादा खर्च करता यहाँ पहुंचे, पूरा रामलीला मैदान खाता खर्च बढ़ जाएगा। बिहार में तो मोदी को वोट पड़ती है ना? नहीं 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 नहीं, ये गलत फैमिली है, इस बार मोदी डरी हुई है। मोदी इस बार बिहार से जा रहे हैं बुढ़िया बस्ता बांध के, वहाँ की जनता सिखाएगी इस बार। कह रहे अब की बार 400 के पास, झूठा बोलता है, झूठ मिच्छा लफंगा गया बाहर में, इस बार भाजपा गया बाहर में, 400 पार में नहीं, भाजपा गया है। काम नहीं कर रहा, गरीब लोग इतना काम कर रहा, उनका जो भी सांसद है, योजना भी दे रहा है, जो भी उनका सांसद है निकम्मा है। जो सांसद गांव को गोद लिए थे, अभी तक पता नहीं कुछ चला भी कि गोद में रह गया। हाँ, कितने को करोगे गिरफ्तार, हर घर से निकलेगा केजरीवाल, कितनों को करोगे गिरफ्तार, हर घर से निकलेगा केजरीवाल, पूरा देश का ही बात केजरीवाल के साथ ताल में ताल मिला के चलेगा। आप नरेंद्र मोदी के पैर में कील ठोकने का काम करेंगे। शिक्षा और रोजगार, क्या बात, ईडी को सही नहीं मानते आप? ईडी CBI तो तोता है भैया, ईडी का मोदी का जो प्राण है, मोदी जी का जो प्राण है वो तोता है, यानी कि CBI और ईडी के कंठ में बसा हुआ है। सरकार बदलेगी, टेकवा हम भी दबाएंगे, वो भी टाइटल नरेंद्र मोदी को वो भी पकड़ेगी, अमित शाह को भी पकड़ेगी। ये तो समय 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 को डर कर तो बिहार में क्षेत्रीय पार्टी और कुछ आम दल को लेकर चल रहे हैं, जब डर ही नहीं है तो ताकत है तो केवल लड़कर दिखाए देश में चुनाव। मोदी, अगर तुम्हें ताकत है तो केवल लड़कर चुनाव लाओ। अप्लाई कर दिया EV में, फिर क्या करोगे? करेगा तो जनता आएगी, जनता उसको व्यवस्थित नीचे उतार के गिराएंगे हम लोग आंदोलन करके। आम आदमी पार्टी वालों और कांग्रेस पार्टी वालों सुन लो मेरी बात, आम आदमी पार्टी और कांग्रेस पार्टी हमसे लड़ने की हिम्मत तो जुटा लेगी, पर उन जैसा कमीनापन कहां से लाएगी? हमसे लड़ने की हिम्मत तो जुटा लोगे कांग्रेस पार्टी वालों, आम आदमी पार्टी वालों, लेकिन मुझ जैसा कमीनापन कहां से लाओगे? यही काफी है इसके लिए। तो धन्यवाद। समय के अंदर इसकी जगह अमित शाह और देश के प्रधानमंत्री और उनकी टीम होगी, यही फोटो होगा, यही सलाखें होगी, और इन सलाखों के पीछे एक दिन नरेंद्र मोदी और अमित शाह और उनकी गैंग होगी। ये घूमता है चक्रव्यूह, ये घूमेगा, ये देश के प्रधानमंत्री होंगे, मनीष सिसोदिया गृह मंत्री होंगे, सत्येंद्र जैन रक्षा मंत्री, स्वास्थ्य मंत्री होंगे, फिर यही इनके ऊपर ये जो इतना तो रखो सह सको। कम से कम मोदी जी को सोचना चाहिए, जब अगर केजरीवाल की सरकार आएगी ना, मैं कहना चाहता हूँ एक एक भाजपाई भक्त को, राहुल गांधी को कैसे देखते हो प्रधानमंत्री के तौर पर? बढ़िया है, सच्चे आदमी है, राहुल गांधी झूठ नहीं बोलते, जो भी बोलते क्लियर बोलते हैं, उनके मन में कोई झूठ नहीं है, सच्चे आदमी है राहुल गांधी। इसको देखना चाहते हो प्रधानमंत्री के तौर पर? प्रधानमंत्री तो देखो, मोदी से मुकाबला तो केजरीवाल ही कर सकता है, ये तो सबको पता है, केजरीवाल है तो मुमकिन है ये चलेगा।